ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਅਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਬਲ ਹਰਿਆਣਾ ਨੇ ਪੰਜਾਬ ਦੇ ਨਾਲੋਂ 12 ਗੁਣਾ ਵੱਧ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਝੋਨਾ ਖਰੀਦ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ। ਹਰਿਆਣਾ ਤੇ ਪੰਜਾਬ ਦੇ ਰਾਇਸ ਮੈਲ ਮਾਲਕਾਂ ਦੀ ਹੜਤਾਲ ਦੇ ਬਾਵਜੂਦ ਅਖਰਾਕ ਅਤੇ ਸਪਲਾਈ ਵਿਭਾਗ ਹਰਿਆਣਾ ਵੱਲੋਂ ਝੋਨੇ ਦੀ ਖਰੀਦ ਦੇ ਲਈ ਕੀਤੇ ਗਏ ਠੋਸ ਪ੍ਰਬੰਧ ਰੰਗ ਲਿਆ ਰਹੇ ਹਨ। ਹਰਿਆਣਾ ਨੇ ਪੰਜਾਬ ਦੇ ਨਾਲੋਂ 12 ਗੁਣਾ ਵੱਧ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਝੋਨਾ ਖਰੀਦ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਵਾਰ ਆਨਲਾਈਨ ਗ੍ਰੇਡ ਪਾਸ ਦੇ ਸਹੂਲਤਾਂ ਮਿਲਣ ਦੇ ਕਾਰਨ ਕਿ ਸਾਨੂੰ ਆਪਣੀ ਫਸਲ ਵੇਚਣ ਦੇ ਵਿੱਚ ਕਾਫੀ ਸਹੂਲਤ ਮਿਲਿਆ ਤੇ ਹੁਣ ਤੱਕ ਹਰਿਆਣਾ ਵਿੱਚ 118763 ਮੀਟਰ ਕਟਾਨ ਚੁੰਨੇ ਦੀ ਖਰੀਦ ਹੋਈ ਜਾਂ ਜਲ ਕੇ ਪੰਜਾਬ ਦੇ ਵਿੱਚ ਸਿਰਫ 9433 ਮੀਟਰ ਕਟਾਨ ਚੁੰਨੇ ਦੀ ਖਰੀਦ ਹੋਈ ਹੈ ਖੁਰਾਕ ਤੇ ਸਪਲਾਈ ਵਿਭਾਗ ਦੇ ਬੁਲਾਰਨ ਜਾਣਕਰ ਦਿੰਦਾ ਦੱਸਿਆ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਦੇ ਵੱਲੋਂ ਮੰਡੀਆਂ ਦੇ ਵਿੱਚ ਚੌਣਰੇ ਖਰੀਦ ਦਾ ਕੀਤਾ ਜਾ ਰਿਹਾ ਚੌਣਰੇ ਖਰੀਦਾ ਕੰਮ 15 ਨਵੰਬਰ 2024 ਤੱਕ ਜਾਰੀ ਰਹੇਗਾ ਸਰਕਾਰ ਦੇ ਵੱਲ ਨਰਧਾਰਤ ਘਟਟ ਸਮਰਥਨ ਮੁੱਲ ਤੇ ਚੌਣਰੇ ਖਰੀਦ ਦਾ ਕੀਤਾ ਜਾ ਰਿਹਾ ਆਮ ਚੌਣੇ ਦਾ ਘਟੋ ਘੱਟ ਸਮਰਥਨ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਤੇ ਗ੍ਰੇਡ A ਚੌਣ ਦਾ ਸਮਰਥਨ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਸੂਬੇ ਦੀਆਂ 241 ਮੰਡੀਆਂ ਤੇ ਖਰੀਦ ਦੇ ਕੇਂਦਰਾਂ ਦੇ ਵਿੱਚ ਚੌਣਰੇ ਖਰੀਦ ਦਾ ਕੀਤਾ ਜਾ ਰਿਹਾ ਵਿਭਾਗ ਨੇ 17 ਫੀਸਦ ਤੱਕ ਨਵੇਂ ਬਾਲਾ ਚੋਂ ਨਏ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਅਗਲੀ ਖਬਰ ਆ ਖੁਸ਼ਖਬਰੀ ਸਰਕਾਰ ਦਿਵਾਲੀ ਤੇ ਔਰਤਾਂ ਨੂੰ ਦੇਵੇਗੀ ਵੱਡਾ ਤੋਹਫਾ ਮਿਲੇਗਾ ਮੁਫਤ ਵਿੱਚ ਗੈਸ ਸਿਲੰਡਰ ਜਾਨੋਂ ਕਿਵੇਂ ਕਰਨਾ ਹੈ ਅਪਲਾਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੁਲ ਔਰਤਾਂ ਦੇ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਇੱਕ ਯੋਜਨਾ ਉਜਵਲਾ ਯੋਜਨਾ ਦਰਸਲ ਸੀਐਮ ਯੋਗੀ ਅਦਿੱਤਿਆ ਨਾਥ ਨੇ ਦਿਵਾਲੀ ਤੇ ਪ੍ਰਧਾਨ ਮੰਤਰੀ ਉਜਬਲਾ ਜੋਇਨਾ ਤਹਿਤ ਸਾਰੇ ਲਾਭਪਾਤਰ ਨੂੰ ਮੁਫਤ ਵਿੱਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸਦੇ ਕਿ ਸੀਐਮ ਯੋਗੀ ਅਦਿੱਤਿਆਨਾਥ ਨੇ ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇੱਕ ਵੱਡਾ ਤੋਫਰ ਤੈ ਸੀਐਮ ਯੋਗੀ ਨੇ ਦੀਵਾਲੀ ਤੇ ਪ੍ਰਧਾਨ ਮੰਤਰੀ ਉਜਬਲਾ ਜੋਇਨਾ ਦੇ ਤਹਿਤ ਸਾਰੇ ਲਾਭਪਾਤਰ ਨੂੰ ਮੁਫਤ ਵਿੱਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਸੁਬਿਰੇ 2 ਕਰੋੜ ਤੋਂ ਵੱਧ ਦਾ ਵਾਅਦਾ ਪਰਵਾਰਾਂ ਨੂੰ ਐਸਾ ਜੋ ਇਹਨਾਂ ਦਾ ਲਾਭ ਮਿਲੇਗਾ ਸੀਐਮ ਯੋਗੀ ਨੇ ਅੱਜ ਦੀ ਜਾਣਕਾਰੀ ਟਵਿੱਟਰ ਤੇ ਪੋਸਟ ਕੀਤਿਆ ਉਹਨਾਂ ਨੇ ਲਿਖਿਆ ਕਿ ਦੀਵਾਲੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਉਜਵਲਾ ਜੋਇਨਾ ਦੇ ਸਾਰੇ ਲਾਭਪਾਤਰੀਆਂ ਨੂੰ ਮੁਫਤ ਵਿੱਚ ਐਲਪੀਜੀ ਸਿਲੰਡਰ ਵੰਡੇ ਜਾਣੇ ਹਨ ਹਰ ਹਾਲਤ ਵਿੱਚ ਦੀਵਾਲੀ ਤੋਂ ਪਹਿਲਾਂ ਸਾਰੇ ਲਾਭਪਾਤਰੀਆਂ ਦੇ ਘਰਾਂ ਦੇ ਵਿੱਚ ਐਲਪੀਜੀ ਸਿਲੰਡਰ ਉਪਲਬਧਾ ਹੋਣੇ ਚਾਹੀਦੇ ਹਨ ਦਰਅਸਲ ਸਰਕਾਰ ਦੁਲ ਔਰਤਾਂ ਦੇ ਲਈ ਕਈ ਜੋਇਨਾਮਾ ਚਲਾਇਆਂ ਜਾਂ ਰਹੀਆਂ ਹਨ ਤੇ ਜਿਨ੍ਹਾਂ ਵਿੱਚ ਇੱਕ ਹੈ ਪਰਦਾਣਾ ਮੰਤਰੇ ਉਜਬਲਾ ਯੋਜਨਾ ਸਰਕਾਰ ਦੇ ਐਸਾ ਯੋਜਨਾ ਦਾ ਉਦੇਸ਼ ਦੇਖਦਿਆਂ ਔਰਤਾਂ ਨੂੰ ਧੂਏ ਅਤੇ ਬਿਮਾਰੀਆਂ ਤੋਂ ਬਚਾਉਣਾ ਤੇ ਨਾਲ ਹੀ ਹੱਦੇ ਮਾਰੇ ਪ੍ਰਭਾਵਾਂ ਤੋਂ ਵੀ ਬਚਣਾ ਵਾਤਾਵਰਨਾਂ ਪ੍ਰਦੂਸ਼ਣ ਨੂੰ ਘਟਾਉਣਾ ਤੇ ਉਜਬਲਾ ਸਕੀਮ ਦੇ ਤਹਿਤ ਲਾਪਤਰੀ ਔਰਤਾਂ ਨੂੰ ਮੁਫਤ ਗੈਸ ਕਨੈਕਸ਼ਨ ਦਿੱਤਾ ਜਾਂਦਾ ਹੈ ਤਹਿਦ ਨਾਲ ਹੀ ਲਾਪਤਰੀ ਨੂੰ ਇੱਕ ਐਲ ਪੀ ਜੀ ਚੁੱਲਾ ਅਤੇ ਗੈਸ ਦਾ ਸਿਲੰਡਰ ਵੀ ਮੁਫਤ ਵਿੱਚ ਦਿੱਤਾ ਜਾਂਦਾ ਹੈ ਇਸ ਸਕੀਮ ਦਾ ਲਾਭ ਲੈਣ ਦੇ ਲਈ ਤੁਹਾਨੂੰ ਆਧਾਰ ਕਾਰਡ ਉਮਰ ਸਰਟੀਫਿਕੇਟ ਆਮਦਨ ਸਰਟੀਫਿਕੇਟ ਬੈਂਕਾ ਪਾਸਬੁੱਕ ਰਹਿਸ਼ ਸਰਟੀਫਿਕੇਟ ਬੀਪੀਐਲ ਰਾਸ਼ਨ ਕਾਰਡ ਪਾਸਪੋਰਟ ਸਾਈਜ਼ ਆਫੋਟੋ ਮੋਬਾਈਲ ਨੰਬਰ ਦੀ ਲੋੜ ਹੋਵੇਗੀ ਤੁਹਾਨੂੰ ਦੱਸ ਦੇ ਕਿ ਇਸ ਸਕੀਮ ਦਾ ਲਾਭ ਸਿਰਫ ਔਰਤਾਂ ਹੀ ਲੈ ਸਕਦੇ ਹਨ ਜਦਕਿ ਅਪਲਾਈ ਕਰਨ ਵਾਲੀ ਔਰਤ ਦੀ ਉਮਰ ਘਟੋ ਘਟ 18 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਔਰਤਾ ਭਾਰਤ ਦੀ ਸਥਾਈ ਨਾਗਰਿਕ ਹੋਣੀ ਚਾਹੀਦੀ ਹੈ ਬਿਨੇਕਰ ਦੇ ਨਾਂ ਤੇ ਪਹਿਲਾਂ ਤਾਂ ਗੈਸ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਜਦੋਂ ਕਿ ਪਿੰਡੋ ਪਰਿਵਾਰ ਦੇ ਲਈ ਸਾਲਾਨਾ ਆਮਦਨ 1 ਲੱਖ ਰੁਪਏ ਅਤੇ ਸ਼ਹਿਰੀ ਪਰਿਵਾਰ ਦੇ ਲਈ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਪਲਾਈ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ PMUY ਦੇ ਅਧਿਕਾਰਤ ਵੈੱਬਸਾਈਟ www.pmuy.gov.in ਤੇ ਜਾ ਕੇ ਅਪਲਾਈ ਕਰਨਾ ਹੋਵੇਗਾ ਪ੍ਰਾਈਵੇਟ ਸੈਕਟਰ ਦੇ ਮਜ਼ਦੂਰਾਂ ਨੇ ਘੱਟੋ-ਘੱਟ ਉਜਰਤ ਵਿੱਚ ਨਵੇਂ ਗੁਣਾ ਵਾਅਦਾ। ਚੰਡੀਗੜ੍ਹ ਪ੍ਰਸ਼ਾਸਨ ਦੇ ਕਰਤੱਵ ਵਿਭਾਗ ਨੇ ਨਿੱਜੀ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਘੱਟੋ-ਘੱਟ ਉਜਰਤ ਵਧਾਉਣ ਦੀ ਮੰਗ ਨੂੰ ਮਨਜ਼ੂਰੀ ਕਰਦਿਆਂ ਘੱਟੋ-ਘੱਟ ਉਜਰਤ ਵਿੱਚ ਨਵੇਂ ਗੁਣਾ ਵਾਅਦਾ ਕਰ ਦਿੱਤਾ ਹੈ। ਕਰਤੱਵ ਵਿਭਾਗ ਨੇ ਨਿੱਜੀ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਗੈਰ ਹੁਨਰਮੰਦ ਕਾਮਿਆਂ ਦੀ ਉਜਰਤ ਵਿੱਚ ਸਿਰਫ 700 ਰੁਪਏ ਦਿਹਾੜੀ ਅਤੇ ਹੁਨਰਮੰਦਾਂ ਕੰਮਾਂ ਦੇ ਘੱਟੋ-ਘੱਟ ਉਜਰਤ ਵਿੱਚ 600 ਰੁਪਏ ਦਿਹਾੜੀ ਦਾ ਵਾਅਦਾ ਕੀਤਾ ਗਿਆ ਹੈ। ਇਹ ਵਾਅਦਾ 1 ਅਪ੍ਰੈਲ 2024 ਤੋਂ ਲਾਗੂ ਹੋ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਵਾਅਦੇ ਦੇ ਨਾਲ ਗੈਰ ਹੁਨਰਮੰਦਾਂ ਕੰਮਾਂ ਦੀ ਆਮਦਨਾਂ 525 ਰੁਪਏ ਦਿਹਾੜੀ ਤੋਂ ਵਧਾ ਕੇ 532 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ ਇੱਕ ਮਜ਼ਦੂਰ ਦੀ ਆਮਦਨਾਂ 13659 ਰੁਪਏ ਮਹੀਨਾ ਤੋਂ ਵੱਧ ਕੇ 13834 ਰੁਪਏ ਹੋ ਗਿਆ ਤੇ ਮਜ਼ਦੂਮਾ ਹੁਨਰਮਾਨ ਦਾ ਮਜ਼ਦੂਰਾਂ ਦੀ ਆਮਦਨਾਂ 13809 ਰੁਪਏ ਮਹੀਨਾ ਤੋਂ ਬਰਕੇ 13984 ਰੁਪਏ ਮਹੀਨਾ ਹੁਨਰਮਾਨ ਦਾ ਮਜ਼ਦੂਰਾਂ ਦੇ ਘਟੋ-ਕਟ ਉਜਰਾਤਾ 14109 ਰੁਪਏ ਮਹੀਨੇ ਤੋਂ ਬਰਕੇ 14284 ਰੁਪਏ ਤੇ ਵਾਧੂ ਹੁਨਰਮਾਨ ਦਾ ਮਜ਼ਦੂਰਾਂ ਦੇ ਉਜਰਾਤਾ 14737 ਰੁਪਏ ਤੋਂ ਬਰਕੇ 14909 ਰੁਪਏ ਹੋ ਗਈ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ VOTING ਜਾਰੀ ਰਾਮ ਰੀਮ ਨੇ ਮੋੜਿਆ ਪੈਰੋਲ ਦਾ ਮੌਲਾ ਡੇਰੇ ਨੇ ਭਾਈਪਾਨ ਨੂੰ ਵੋਟ ਪਾਉਣ ਦੀ ਕੀਤੀ ਅਪੀਲ। ਤੁਹਾਨੂੰ ਉਸ ਤੋਂ ਵੱਡੀ ਖਬਰ ਆ ਚੁੱਕੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਸ਼ਨੀਵਾਰ ਨੂੰ VOTING ਜਾਰੀ ਅਤੇ ਡੇਰਾ ਨ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਨੇ ਆਪਣੇ ਪੈਰੋਕਾਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਆ ਵੋਟ ਪਾਉਣ ਦੀ ਅਪੀਲ ਕੀਤੀ ਹੈ ਤੇ ਇਹ ਐਲਾਨ ਡੇਰਾ ਮੁਕੇ ਗਰਮੀਤ ਰਾਮ ਰੀਮ ਦੇ ਰੋहतक ਦੀ ਸੁਨਾਰੀਆ ਜੇਲ੍ਹ ਤੋਂ 20 ਦਿਨਾਂ ਦੇ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਇੱਕ ਦਿਨ ਬਾਅਦ ਆਇਆ ਹੈ। ਇਕਨੋਮਿਕ ਕਾ ਟਾਈਮ ਜਾ ਦੀ ਰਿਪੋਰਟ ਦੇ ਮੁਤਾਬਕ ਆ ਇਹ ਸੰਦੇਸ਼ ਵੀਰਵਾਰ ਦੇ ਰਾਤ ਸਿਰਸਾਸ ਤੇ ਥਾ ਡੇਰਾ ਸੱਚਾ ਸੌਦਾ ਹੈੱਡਕੁਆਟਰ ਵਿੱਚ ਅਜੋਜਤਾ ਸੱਜੰਗਾ ਦਰਾਨ ਪੈਰੋਕਰਨ ਦਿੱਤਾ ਗਿਆ ਆਮ ਤੌਰ ਤੇ ਵਿਧਾਨ ਸਭਾ ਚੋਣਾਂ ਤੋਂ ਕੁਇ ਦਿਨ ਪਹਿਲਾਂ ਸੱਜੰਗਾ ਮੰਚ ਤੋਂ ਪੈਰੋਕਰਨ ਹਦਾਇਤਾਂ ਖੁੱਲ੍ਹ ਕੇ ਆਉਂਦੀਆਂ ਹਨ ਹਾਲਾਂਕਿ ਇਸ ਵਾਰ ਇਹ ਹਦਾਇਤ ਕਜਾ ਖਮੋਸ਼ ਟੰਗ ਦੇ ਨਾਲ ਦਿੱਤੀ ਗਈ ਹੈ ਸੂਤਰਾਂ ਦੇ ਮੁਤਾਬਕ ਇਸ ਵਾਰ ਸੱਜ ਸੰਗਾ ਮੰਚ ਤੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਡੇਰੇ ਦੇ ਅਹੁਦੇਦਾਰਾਂ ਨੇ ਖੁੱਲੇ ਵਿੜੇ ਦੇ ਵਿੱਚ ਜਾ ਕੇ ਮੀਟਿੰਗ ਦੇ ਵਿੱਚ ਹਾਜ਼ਰ ਲੋਕਾਂ ਨੂੰ ਪਾਈਪਾਂ ਨੂੰ ਵੋਟ ਪਾਉਣ ਦੇ ਲਈ ਕਿਹਾ ਇੱਕ ਡੇਰੇ ਦੇ ਅਹੁਦੇਦਾਰ ਨੇ 80 ਦੱਸਿਆ ਕਿ ਅਸੀਂ ਪੈਰੋ ਕਾਰਨ ਬੂਹ ਦੇ ਨੇੜੇ ਸਰਗਰਮ ਰਹਿਣ ਦੇ ਲਈ ਵੀ ਕਿਹਾ ਹਰੇਕ ਚੇਲੇ ਨੂੰ ਆਪਣੀ ਕਲੋਨੀ ਵਿੱਚ ਰਹਿੰਦੇ ਪੰਜ ਹੋਰਾਂ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਕਿਹਾ ਗਿਆ ਹੈ ਅਗਲੀ ਖਬਰ ਆ ਪੈਣਪਰਾ ਦੇ ਹਰਸ਼ਦ ਬਹਿਚਾ ਹੋਈ ਮੌਤਾ ਟਰੱਕ ਦੇ ਨਾਲ ਟਕਰਾਇਆ ਮੋਟਰਸਾਈਕਲ ਤਾਂ ਦੋਸਤੋ ਫਗਵਾੜਾ ਹਸ਼ਰਪੁਰਾ ਰੋਡ ਤੇ ਭਿਆਨਕ ਛੜਕੇ ਹੜਸਾ ਵਾਪਰਿਆ ਤੇ ਇੱਥੇ ਇੱਕ ਆ ਪੈਣਪਰਾ ਦੀ ਹਰਸ਼ਦ ਬਹਿਚਾ ਦਰਦਨਾਕ ਮੌਤ ਹੋ ਗਿਆ ਜਾਣਕਾਰ ਦੇ ਅਨੁਸਾਰ ਮੋਟਰਸਾਈਕਲ ਸਵਾਰ ਪੈਣਪਰਾ ਦੇ ਟਰੱਕ ਦੇ ਨਾਲ ਟੱਕਰ ਹੋ ਗਈ ਹਰਸ਼ਦ ਬਹਿਚਾ ਦੋਵਾਂ ਦੇ ਮੌਕੇ ਤੇ ਮੌਤ ਹੋ ਗਈ ਦੱਸ ਰਿਹਾ ਕਿ ਵੱਡੇ ਭਰਾ ਦੀ ਰਿੰਗ ਸੈਰਮਣੀ ਦੇ ਲਈ ਛੋਟਾ ਪ੍ਰਾਪੈਣ ਨੂੰ ਲੈਣ ਗਿਆ ਤੇ ਐ ਸਧਾਰਨ ਮੋਟਰਸਾਈਕਲ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਗਈ। ਹਾਰਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਮ੍ਰਿਤਕ ਲੜਕੇ ਦਾ ਨਾਂ ਗੁਰਪ੍ਰੀਤ ਸੰਗਾਸੀ ਹੇਤਾ ਦਸੰਬਰ ਮਹੀਨੇ ਦੇ ਵਿੱਚ ਵਿਆਹ ਹੋਣਾ ਸੀ ਜਦ ਕਿ ਮ੍ਰਿਤਕ ਗੁਰਪ੍ਰੀਤ ਕੌਰ ਦਾ ਜਨਵਰੀ ਦੇ ਵਿੱਚ ਵਿਆਹ ਹੋਣਾ ਸੀ। ਅਗਲੀ ਖਬਰ ਨਵੇਂ ਹੌਕਮਾਂ ਤੋਂ ਬਾਅਦ ਹੁਣ ਇਹ ਕੰਮ ਕਰਦੇ ਨਜ਼ਰ ਆਉਣਗੇ ਅਧਿਆਪਕ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਾ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਤਾਂ ਦੇ ਲਈ ਕਿਸੇ ਤੀਜਾ ਤਿਹਾਰ ਜਾਂ ਫਿਰ ਖਾਸ ਮੌਕੇ ਵਿਸ਼ੇਸ਼ ਖਾਣੇ ਦਾ ਪ੍ਰਬੰਧ ਕਰਨ ਦੇ ਲਈ ਹੁਣ ਤੋਂ ਬਾਅਦ ਅਧਿਆਪਕ ਦਾਨੀ ਸੱਜਣਾਂ ਨੂੰ ਲਾਭਦੇ ਹੋਏ ਨਜ਼ਰ ਆਉਣਗੇ ਕਿਉਂਕਿ ਸਿੱਖਿਆ ਵਿਭਾਗ ਦੇ ਵੱਲ ਪੰਜਾਬ ਪਰ ਦੇ ਅਧਿਆਪਕਾਂ ਦੀ ਇਹ ਡਿਊਟੀ ਲਈ ਗਿਆ ਕਿ ਉਹ ਵਿਦਿਆਰਤਾਂ ਦੇ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕਿਸੇ ਦਾਨੀ ਸੱਜਣ ਜਾਂ ਫਿਰ ਸਰਪੰਚ ਦੇ ਰਾਹੀਂ ਕਰਵਾਉਣ ਹਾਲਾਂਕਿ ਇਹ ਇੰਤਜ਼ਾਮ ਰੋਜ਼ਾਨੇ ਨਹੀਂ ਸਗੋਂ ਹਰ ਮਹੀਨੇ ਆਉਣ ਵਾਲੇ ਖਾਸ ਕਿਸੇ ਦਿਨਾਂ ਤੇ ਤਿਹਾੜੀ ਦੇ ਮੌਕੇ ਤੇ ਕਰਨ ਦੇ ਲਈ ਕਿਹਾ ਗਿਆ ਪਰ ਅਧਿਆਪਕ ਹਰ ਹਫ਼ਤੇ ਇਹੋ ਜਹੇ ਦਾਨ ਸੱਜਣ ਕਿੱਥੋਂ ਲੱਭ ਕੇ ਲਿਆਉਣਗੇ ਜਿਹੜੇ ਕਿ ਵਿਦਿਆਰਥੀਆਂ ਦਾ ਖਾਣਾ ਖਵਾਉਣਗੇ ਪੰਜਾਬ ਪਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਇਹ ਅਨੋਖਾ ਆਦੇਸ਼ ਜਾਰੀ ਕੀਤਾ ਗਿਆ ਤੇ ਇਹ ਆਦੇਸ਼ ਨੂੰ ਦੇਖ ਕੇ ਅਧਿਆਪਕ ਵੀ ਹੈਰਾਨ ਤੇ ਪਰੇਸ਼ਾਨ ਹਨ ਕਿ ਹਰ ਹਫ਼ਤੇ ਹੀ ਕੋਈ ਨਾ ਕੋਈ ਤੀਜਾ ਤਿਹਾਰ ਜਾਂ ਫਿਰ ਵਿਸ਼ੇਸ਼ ਮੌਕਾ ਆਇਆ ਹੀ ਰਹਿੰਦਾ ਤਾਂ ਉਹਨਾਂ ਨੂੰ ਹਰ ਹਫ਼ਤੇ ਦਾਨੇ ਸੱਜਣਾ ਨੂੰ ਲੱਭਣਾ ਪਵੇਗਾ ਜਿਹੜਾ ਕਿ ਐਸਾ ਤਰੀਕੇ ਦੇ ਨਾਲ ਦੁਪਹਿਰ ਦਾ ਭੋਜਨ ਦਾ ਇੰਤਜ਼ਾਮ ਕਰੇਗਾ ਜਾਣਕਾਰ ਦੇ ਅਨੁਸਾਰ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਦੇ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਦੇ ਜਨਰਲ ਮੈਨੇਜਰ ਦੇ ਵੱਲੋਂ ਬੀਤੇ ਦਿਨ ਪੰਜਾਬ ਪਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਿਡਡੇ ਡੇ ਮੀਲ ਸੰਬੰਧੇ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਆਦੇਸ਼ ਜਾਰੀ ਕੀਤਾ ਗਿਆ ਕਿ ਉਹਨਾਂ ਵੱਲੋਂ ਵਿਦਿਆਰਥੀਆਂ ਦੇ ਲਈ ਤਸਵੀ ਭੋਜਨ ਦਾ ਇੰਤਜ਼ਾਮ ਵੀ ਕੀਤਾ ਜਾਵੇ। ਰਾਧਾ ਸਵਾਮੀ ਸਹਾਸੰਗ ਡੇਰਾ ਬਿਆਹ ਦੇ ਸੰਗਤਾਂ ਲਈ ਵੱਡੀ ਖੁਸ਼ਖਬਰੀ। ਤਾਂ ਦੋਸਤੋ ਰਾਧਾ ਸਵਾਮੀ ਸਹਾਸੰਗ ਡੇਰਾ ਬਿਆਹ ਦੇ ਸੰਗਤਾਂ ਲਈ ਖੁਸ਼ਖਬਰੀ ਹੈ ਦਰਸਲਾ ਡੇਰਾ ਮੁਕੀ ਬਾਬਾ ਗੁਰਿੰਦਰ ਸੰਗਠਲੋਂ ਅੱਜ ਪੈਲਖਣੀ ਆਉਣਗੇ ਜੋ ਕਿ ਇੱਥੇ ਕੇਵਲ ਸੰਗਤ ਨੂੰ ਦਰਸ਼ਨ ਦੇਣਗੇ। ਜਾਣਕਰ ਦੇ ਅਨੁਸਾਰ ਰਾਧਾ ਸਵਾਮੀ ਸਾਧ ਸੰਗ ਬਿਆਸ ਮੁਖ ਬਾਬਾ ਗਰੇਂਦਰ ਸੰਘਾ ਟੋ ਮਨਸੂਰੀ ਤੋਂ ਹੈਲੀਕਾਪਟਰ ਦੇ ਰਾਹੀਂ ਸਾਧ ਸੰਗ ਕਰ ਪੂਜਣਗੇ ਤੇ ਪਤਾ ਲੱਗਾ ਕਿ ਐਸ ਨੂੰ ਉਹਨਾਂ ਦਾ ਅਚਨਚੇਤ ਦੌਰਾ ਮੰਨਿਆ ਜਾ ਰਿਹਾ ਹੈ ਜਿਵੇਂ ਹੀ ਉਹਨਾਂ ਦੇ ਪੈਰੋਕਾਰਾਂ ਨੂੰ ਬਾਬੇ ਦੇ ਆਉਣ ਦੀ ਖਬਰ ਮਿਲੀ ਤਾਂ ਸੰਗਤਾਂ ਨੇ ਜੈ ਕਾਰਯ ਲਗਾਏ ਦੱਸਦੇ ਕਿ ਬਾਬਾ ਜੀ ਇੱਥੇ ਸਾਧ ਸੰਗ ਨਹੀਂ ਕਰਨਗੇ ਸਗੋਂ ਖੁੱਲੀ ਕਾਰ ਦੇ ਵਿੱਚ ਸੰਗਤ ਨੂੰ ਦਰਸ਼ਨ ਦੇਣਗੇ ਕਿਸਾਨ ਸਨਮਾਨ ਨਿਧੀ ਦੇ 18ਵੀਂ ਕਿਸ਼ਤਾ ਜਾਰੀ ਇਸ ਤਰ੍ਹਾਂ ਚੈੱਕ ਕਰ ਸਕਦੇ ਹਨ ਕਿਸਾਨ ਤਾਂ ਉਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖਦੇ ਕਰੋੜਾ ਕਿਸਾਨਾਂ ਨੂੰ ਨਵਰਾਤਰੀ ਦਾ ਤੋਹਫਾ ਦਿੰਦੇ ਹੋਏ ਅੱਜ ਆਏ ਸ਼ਨੀਵਾਰ 5 ਅਕਤੂਬਰ ਨੂੰ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤਾ ਜਾਰੀ ਕੀਤੀ ਹੈ ਮਹਾਰਾਸ਼ਟਰ ਦੇ ਦੌਰੇ ਤੇ ਆਏ ਪੀਐਮ ਮੋਦੀ ਨੇ ਲਗਭਗ 9.5 ਕਰੋੜਾ ਕਿਸਾਨਾਂ ਨੂੰ 20000 ਕਰੋੜ ਰੁਪਏ ਟਰਾਂਸਫਰ ਕੀਤੇ ਹਨ ਇਹਨਾਂ ਸਾਰੇ ਕਿਸਾਨ ਦੇ ਖਾਤਿਆਂ ਵਿੱਚ 2000 ਰੁਪਏ ਟਰਾਂਸਫਰ ਕੀਤੇ ਗਏ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਜੋ ਇਹਨਾਂ ਦੇ ਤਹਿਤ ਹੁਣ ਤੱਕ ਕੁੱਲ 3.45 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਭੇਜੇ ਜਾ ਚੁੱਕੇ ਹਨ ਲਗਾਤਾਰ ਪੰਜਾਂ ਛੁੱਟੀਆਂ ਸਕੂਲ ਦਫ਼ਤਰ ਅਤੇ ਬੈਂਕ ਰਹਿਣਗੇ ਬੰਦ ਅਕਤੂਬਰ ਦੇ ਸ਼ੁਰੂਆਤ ਦੇ ਨਾਲ ਹੀ ਉਤਾਰਨ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਤੇ ਇਸ ਦੇ ਲਈ ਇਸ ਮਹੀਨੇ ਛੁੱਟੀਆਂ ਦੇ ਵੀ ਪਰਮਾਰਾ ਅਕਤੂਬਰ ਦੇ ਪਹਿਲੇ ਹਫ਼ਤੇ ਤਿੰਨ ਦਿਨ ਛੁੱਟੀਆਂ ਸਨ ਝੜ ਕੇ ਦੂਜੇ ਹਫ਼ਤੇ ਵੀ ਲਗਾਤਾਰ ਕਈ ਸਰਕਾਰੀ ਛੁੱਟੀਆਂ ਤੇ ਜੇਕਰ ਤੁਸੀਂ ਕਿਤੇ ਬਾਹਰ ਜਾਂਦੇ ਯੋਜਨਾ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ 10 ਤੋਂ ਲੈ ਕੇ 14 ਦੇ ਵਿੱਚ ਘਰ ਜਾ ਸਕਦੇ ਹੋ ਸਕੂਲਾਂ ਕਾਲਜਾਂ ਦਾਫਤਰਾਂ ਤੇ ਸਾਰੇ ਬੈਂਕ ਲਗਾਤਾਰ 5 ਦਿਨ ਬੰਦ ਅਸਲ ਸਕੂਲਾਂ ਕਾਲਜਾਂ ਦਾਫਤਰਾਂ ਤੇ ਬੈਂਕਾਂ ਲਗਾਤਾਰ 5 ਦਿਨ ਬੰਦ ਰਹਿਣ ਵਾਲੇ ਹਨ ਅਕਤੂਬਰ ਦੇ ਦੂਜੇ ਹਫਤੇ 5 ਦਿਨ ਛੁੱਟੀ ਰਹੇਗੀ ਮਹਾਸਪਤਮੀ ਦੇ ਮੌਕੇ ਦੇ ਉੱਤੇ 10 ਅਕਤੂਬਰ ਵੀਰਵਾਰ ਨੂੰ ਛੁੱਟੀ ਰਹੇਗੀ ਅਤੇ ਇਸ ਮੌਕੇ ਦੇ ਸਦੇ ਕੌਜਾ ਰਾਜਾਂ ਦੇ ਵਿੱਚ ਸਕੂਲਾਂ ਕਾਲਜਾਂ ਦਫ਼ਤਰਾਂ ਤੇ ਬੈਂਕਾਂ ਬੰਦ ਰਹਿਣਗੇ ਹਾਲਾਂਕਿ ਕੌਜਾ ਕੰਪਨੀਆਂ ਦੇ ਵਿੱਚ ਮਹਾਸਪਤਮੀ ਵਾਲੇ ਦਿਨ ਛੁੱਟੀ ਨਹੀਂ ਹੁੰਦੀ ਇਸ ਪਰ ਦੇ ਵਿੱਚ ਲਗਾਤਾਰ 3 ਦਿਨਾਂ ਦੀ ਛੁੱਟੀ ਇਸ ਤੋਂ ਇਲਾਵਾ ਸ਼ੁੱਕਰਵਾਰ 11 ਅਕਤੂਬਰ ਨੂੰ ਅਸ਼ਟਮੀ ਅਤੇ ਨਵਾਬਮੀ ਦੇ ਕਾਰਨ ਜਨਤਕ ਛੁੱਟਿਆ ਦੁਰਗਾ ਪੂਜਾ ਤੇ ਦੁਸ਼ਹਿਰੇ ਦੇ ਮੌਕੇ ਤੇ 12 ਅਕਤੂਬਰ ਨੂੰ ਦਿਨ ਸ਼ਨੀਵਾਰ ਨੂੰ ਸਕੂਲਾਂ ਕਾਲਜਾਂ ਦਫ਼ਤਰਾਂ ਤੇ ਬੈਂਕ ਬੰਦ ਰਹਿਣਗੇ 13 ਅਕਤੂਬਰ ਦਿਨ ਐਤਵਾਰ ਨੂੰ ਹਫ਼ਤਾਵਰੀ ਛੁੱਟੀ ਦੇ ਕਾਰਨ ਦੇਸ-ਪਰਦੇਸ ਸਕੂਲਾਂ ਕਾਲਜਾਂ ਦਫ਼ਤਰਾਂ ਤੇ ਸਾਰੇ ਬੈਂਕ ਬੰਦ ਰਹਿਣਗੇ 10 ਤੋਂ 14 ਅਕਤੂਬਰ ਤੱਕ ਛੁੱਟੀਆਂ 10 11 12 13 ਅਤੇ 14 ਅਕਤੂਬਰ ਨੂੰ ਛੁੱਟੀ ਰਹੇਗੀ ਹਾਲਾਂਕਿ 14 ਅਕਤੂਬਰ ਨੂੰ ਗੰਗਟੋਕ ਆ ਸਿੱਕਮ ਦੇ ਵਿੱਚੀ ਦਰਗਾਹ ਪੂਜਾ ਜਾਂ ਦਸਵੀਂ ਦੇ ਕਾਰਨ ਸਕੂਲਾਂ ਕਾਲਜਾਂ ਦਫ਼ਤਰਾਂ ਤੇ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ 14 ਅਕਤੂਬਰ ਤੋਂ ਬਾਅਦ 17 ਅਕਤੂਬਰ ਦਿਨ ਵੀਰਵਾਰ ਨੂੰ ਕਾਟੀ ਬਿਹੂ ਅਤੇ ਬਾਲਮੀਕ ਜਨਮ ਦਿਨ ਦੇ ਕਾਰਨ ਛੁੱਟੀ ਰਹੇਗੀ 20 ਅਕਤੂਬਰ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੇ ਹੋਣ ਦੇ ਕਾਰਨ ਜਨਤਕ ਛੁੱਟੀਆਂ ਵਿਗ ਦਿਵਾਲੀ ਦੇ ਨਾਲ ਸਬੰਧਤ ਤਿਹਾਰਨ ਦੇ ਕਾਰਨ ਕੁਝ ਰਾਜਾਂ ਦੇ ਵਿੱਚ 29 ਅਤੇ 31 ਅਕਤੂਬਰ ਨੂੰ ਛੁੱਟੀ ਰਹੇਗੀ ਅਗਲੀ ਵੱਡੀ ਖਬਰ ਹੈ ਕਿ ਸੰਸਦ ਰਾਹੁਲ ਗਾਂਧੀ ਦੇ ਨਾਲ ਹੋਈ ਮੀਟਿੰਗਾਂ ਰਾਹੁਲ ਗਾਂਧੀ ਨੇ ਕਿਹਾ ਐਮਐਸਪੀ ਦੇ ਕਾਨੂੰਨੀ ਗਰੰਟੀ ਦੇ ਲਈ ਸਰਕਾਰ ਤੇ ਪਾਵਾਂਗੇ ਦਬਾਅ ਫਸਲਾਂ ਦੇ ਘਾਟੋ-ਘਾਟਾ ਸਮਰਥਨ ਮਲ ਦੇ ਕਾਨੂੰਨੀ ਗਰੰਟੀ ਦੇ ਲਈ ਸੰਘਰਸ਼ ਕਰੇ ਕਿਸਾਨਾਂ ਨੇ ਹਰਦੇ ਪਾਰਟ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੂੰ ਮਿਲਣ ਦੇ ਲਈ ਕਿਸਾਨਾਂ ਦਾ 12 ਮੈਂਬਰ ਇਹ ਬਫਰ ਦਾ ਸੰਸਦ ਪਹੁੰਚਿਆ ਤੇ ਰਾਹੁਲ ਗਾਂਧੀ ਦੇ ਸਹਿਯੋਗ ਦੇਣ ਦਾ ਕੀਤਾ ਵਾਦਾ ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਦਾਸਾ ਕਿ ਰਾਹੁਲ ਗਾਂਦੇ ਨੇ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਆਪਣਾ ਵਾਅਦਾ ਕੀਤਾ ਹੈ। ਰਾਹੁਲ ਗਾਂਦੇ ਨੇ ਕਹਿ ਕੇ ਅਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਕੀਤਾ ਸੀ। ਅਸੀਂ ਇਹਦਾ ਪੂਰੀ ਤਰ੍ਹਾਂ ਮਲਾਂਕਣ ਕੀਤਾ ਜੋ ਕੀਤਾ ਜਾ ਸਕਦਾ ਮੀਟਿੰਗ ਦੇ ਵਿੱਚ ਆ ਫੈਸਲਾ ਕੀਤਾ ਗਿਆ ਕਿ ਅਸੀਂ ਐਸਾ ਸੰਬੰਧਤ ਭਾਰਤਾ ਗੜ ਜੋੜ ਦੇ ਆਗੂਆਂ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਦੇਖਦੇ ਕਿ ਕਿਸਾਨوں ਐਮਐਸਪੀ ਦੀ ਕਾਨੂੰਨੀ ਗਰਾਂਟੇ ਦਿਵਾਉਣ ਦੇ ਲਈ ਸਰਕਾਰ ਤੇ ਦਬਾਅ ਪਾਵਾਂਗੇ ਤੇ ਨਿੱਜੀ ਤੌਰ ਤੇ ਵੀ ਚਰਚਾ ਚੱਲ ਰਹੀ ਆ ਤੇ ਇਸ ਸਬੰਧੇ ਜਲਦੀ ਕਦਮ ਚੁੱਕੇ ਜਾਣਗੇ। ਉਹਨਾਂ ਨੇ ਕਹਿ ਕੇ ਉਹ ਇਸ ਮਾਮਲੇ ਦੇ ਵਿੱਚ ਸੰਸਦ ਵਿੱਚ ਮਾਮਲਾ ਉਠਾਉਣਗੇ ਤੇ ਇਸ ਤੋਂ ਇਲਾਵਾ ਉਹਨਾਂ ਖਨੌਰੀ ਸ੍ਰੱਤ ਬੇਕੇ ਕਿਸਾਨ ਦੀ ਮੌਤ ਦੇ ਮਾਮਲੇ ਦੇ ਨਿਰਪੱਖ ਜਾਂਚ ਦਾ ਭਰੋਸਾ ਦਿੰਦਾ ਹੈ। ਕਿਸਾਨਾਂ ਦੀ ਮੰਗ ਹੈ ਕਿ ਫਸਲਾਂ ਦੇ ਘਟੋ ਘੱਟ ਸਮਾਰਥਨ ਮਲ ਦੇ ਕਾਨੂੰਨੀ ਗਰਾਂਟੇ ਦੇ ਲਈ ਇੱਕ ਬੈਲ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਦੇ ਬਾਵਜੂਦ ਧਿਆਨ ਨਾ ਦਿੱਤਾ ਗਿਆ ਤਾਂ ਕਿ ਸਾਂਝ ਜਥੇਬੰਦੀਆਂ ਦੇ ਨਾਲ ਮਿਲ ਕੇ ਭਾਰਤ ਬੰਦ ਦਾ ਐਲਾਨ ਕੀਤਾ ਜਾਵੇਗਾ ਤੇ ਉਹਦੀ ਤਰੀਕ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ